ਸੀਨੀਅਰ ਅਕਾਲੀ ਆਗੂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੇ ਦਾ ਦੇਹਾਂਤ ਹੋ ਗਿਆ ਹੈ। ਪਿਛਲੇ ਲੰਮੇ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ। ਸੀਨੀਅਰ ਅਕਾਲੀ ਆਗੂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੇ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਦੱਸਦੇ ਕਿ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਦਿੱਲੀ ਦੇ ਹਸਪਤਾਲ 'ਚ ਅੱਜ ਸਵੇਰੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਨੇ। ਦਿਆਲ ਸਿੰਘ ਕੋਲਿਆਂਵਾਲੇ ਦੇ ਅਕਾਲ ਚਲਾਣੇ ਕਰਕੇ ਲੰਬੀ ਹਲਕੇ ਵਿੱਚ ਸੋਗ ਦੀ ਲਹਿਰ ਹੈ। दयाल सिंह कोलियांवाल दे अकाल चलाने करके लंबी हलके विच सोग दी लहर है। सीनियर अकाली आगू रहे जथेदार दयाल सिंह कोलियांवाल दा देहांत हो गया। सर नाल सरे सहयोगी चेतन इस वेले जुड़ चुके ने, उन्हां दे नाल गल करदे आं। चेतन, जिस तरह दे नाल काफी लंबे समय तो कोलियांवाल बीमार चल रहे सन और अज ए दुखदाई खबर आई है। हां जी, काफी टाइम हो गया जी जिहड़ा जथेदार कोलियांवाल साहब जिहड़े बीमार चल रहे सीगे। ਇਹ ਜਿਹੜੇ ਅਕਾਲੀ ਦਲ ਪਾਰਟੀ ਦੇ ਪੂਰੇ ਵਫ਼ਾਦਾਰ ਜਿਹੜੇ ਸਿਪਾਹੀ ਸੀਗੇ, ਕੁਛ ਦਿਨ ਪਹਿਲਾਂ ਜਿਹੜੇ 3-4 ਦਿਨ ਪਹਿਲਾਂ ਬਾਦਲ ਸਾਹਿਬ ਵੀ ਜਾ ਕੇ ਜਿਹੜਾ ਪਤਾ ਲੈ ਕੇ ਆਏ ਸੀ, ਉਸ ਦਿਨ ਜ਼ਿਆਦਾ ਹੋ ਗਏ। ਇਸ ਕਰਕੇ ਦਿੱਲੀ ਇਹਨਾਂ ਨੂੰ ਨਿੱਜੀ ਇੱਕ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਸੀਗਾ। ਅੱਜ ਸਵੇਰੇ ਹੀ ਇਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਜੀ। ਇਸ ਕਰਕੇ ਲੰਬੀ ਹਲਕੇ ਦੇ ਵਿੱਚ ਜ਼ਿਆਦਾ ਹੀ ਇਹਨਾਂ ਦਾ ਸੀਗਾ ਜਿਹੜਾ ਉਹਨਾਂ ਦੀ ਜਿਹੜੀ ਸ਼ੋਕ ਦੀ ਲਹਿਰ ਹੈ। ਜ਼ਿਆਦਾਤਰ ਜਿਹੜੇ ਮਾਝੇ ਵਾਲੇ ਜਿਹੜੇ ਪਿੰਡ ਹੈ, ਭਾਈ ਤੇ ਹੀ ਪਿੰਡ ਹੈ, ਜਿਹੜੇ ਸਾਰੇ ਇਹਨਾਂ ਦੇ ਅੰਡਰ 'ਚ ਸੀਗੇ, ਸਾਰੇ ਇਹਨਾਂ ਦਾ ਜਿਹੜਾ ਆਉਣਾ ਜਾਣਾ ਸੀਗਾ। ਅਕਾਲੀ ਪਾਰਟੀ ਨੂੰ ਜਿੱਥੇ ਬਹੁਤ ਜ਼ਿਆਦਾ ਘਾਟਾ ਪਿਆ, ਪਰਿਵਾਰ ਨੂੰ ਵੀ ਘਾਟਾ ਪਿਆ, ਹਲਕੇ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਇਹਨਾਂ ਦਾ ਜਾਣ ਦਾ ਬਹੁਤ ਦੁੱਖ ਹੋਇਆ ਜੀ। ਔਰ ਚੇਤਨ, ਕੀ ਕੁਝ ਜਾਣਕਾਰੀ ਹੈ, ਕਦੋਂ ਉਹਨਾਂ ਦਾ ਅੰਤਿਮ ਸੰਸਕਾਰ ਹੋਏਗਾ? ਅਜੇ ਸਵੇਰੇ ਜਿਹੜੀ ਡੈਥ ਹੋਈ ਹੈ, ਅਜੇ ਤੱਕ ਦਿੱਲੀ ਹੈ ਇਹਨਾਂ ਦਾ, ਜਿਹੜਾ ਆਉਣਗੇ ਸ਼ਾਮ ਤੱਕ ਜਿਹੜਾ ਇਹਨਾਂ ਸੰਸਕਾਰ ਜਿਹੜਾ ਹੋ ਸਕਦਾ ਹੈ। ਅਜੇ ਜਿਹੜੇ ਪਰਿਵਾਰਿਕ ਮੈਂਬਰ 1-2 ਜਿਹੜੇ ਦਿੱਲੀ ਨਾਲ ਹੀ, ਇਹਨਾਂ ਦਾ ਬੇਟਾ ਵੀ ਜਿਹੜੇ ਦਿੱਲੀ ਹੈ ਨਾਲ ਹੀ, ਉਸ ਤੋਂ ਬਾਅਦ ਹੀ ਜਿਹੜਾ ਕੋਈ ਪਤਾ ਲੱਗੂ, ਆਉਣ ਤੋਂ ਬਾਅਦ ਹੀ ਹੋਊਗਾ ਜੀ। ਜੀ ਜੀ ਚੇਤਨ, ਸ਼ੁਕਰੀਆ ਫਿਲਹਾਲ ਦੀ ਜਾਣਕਾਰੀ। ਸੀਨੀਅਰ ਅਕਾਲੀ ਆਗੂ ਰਹੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੇ, ਜਿਨ੍ਹਾਂ ਦਾ ਦੇਹਾਂਤ ਹੋ ਗਿਆ। ਲੰਮੇ ਅਰਸੇ ਤੋਂ ਬਿਮਾਰ ਚੱਲ ਰਹੇ ਸਨ, ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਔਰ ਅੱਜ ਸਵੇਰੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਨੇ। ਦਿੱਲੀ ਦੇ ਹਸਪਤਾਲ ਦੇ ਵਿੱਚ ਅੱਜ ਸਵੇਰੇ ਉਹਨਾਂ ਦੇ ਦੇਹਾਂਤ ਦੀ ਖਬਰ ਆਈ ਹੈ।